ਉਧਰ ਬਟਾਲਾ ਦੇ ਸਾਬਕਾ ਵਿਧਾਇਕ ਅਤੇ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਨੇ ਆਪਣੀ ਹੀ ਸਰਕਾਰ ਅਤੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ। ਕਾਂਗਰਸੀ ਨੇਤਾ ਨੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜਨਤਾ ਨਾਲ ਕੀਤੇ ਵਾਅਦਿਆਂ 'ਤੇ ਸਵਾਲ ਕਰਦਿਆਂ ਕਿਹਾ ਕਿ ਉਹ ਬਟਾਲਾ ਦੇ ਵਿਕਾਸ ਅਤੇ ਜਨਤਾ ਲਈ ਆਵਾਜ਼ ਉਠਾ ਰਹੇ ਨੇ। ਉਧਰ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇਹ ਵਿਕਾਸ ਹੋਵੇਗਾ ਅਤੇ ਹੋ ਕੇ ਰਹੇਗਾ। ਅਸ਼ਵਨੀ ਸੇਖੜੀ ਨੂੰ ਉਹਨਾਂ ਦਾ ਧੰਨਾ ਮੁਬਾਰਕ ਹੋਵੇ। ਦੇਖੋ, ਮੈਂ ਤਾਂ ਅੱਜ ਪਿਛਲੀ ਵਾਰੀ ਵਾਅਦਾ ਕੀਤਾ ਸੀਗਾ ਕਿ ਜਿੰਨੀ ਵਾਰੀ ਬਾਜਵਾ ਸਾਹਿਬ ਬਟਾਲੇ ਆ ਕੇ ਮੇਰੇ ਖਿਲਾਫ਼ ਬੋਲਣਗੇ, ਉਨੀ ਵਾਰੀ ਮੈਂ ਉਹਨਾਂ ਨੂੰ ਕੋਈ ਨਾ ਕੋਈ ਇੱਕ ਅੱਧਾ ਸਵਾਲ ਜ਼ਰੂਰ ਕਰਾਂਗਾ ਜਨਤਾ ਦੇ ਹੱਕ। ਬਾਜਵਾ ਸਾਹਿਬ ਕਹਿ ਗਏ ਨੇ ਕਿ ਅਸ਼ਵਨੀ ਸੇਖੜੀ ਧਰਨਾ ਦਿੰਦਾ ਰਹੇ ਅਤੇ ਡਿਵੈਲਪਮੈਂਟ ਹੁੰਦੀ ਰਹੇਗੀ। ਪਿਛਲੇ 2 ਸਾਲ 'ਚ ਬਾਜਵਾ ਸਾਹਿਬ ਦੱਸਣ ਬਟਾਲੇ ਦਾ ਕੋਈ ਇਹਨਾਂ ਨੇ 1 ਰੁਪਏ ਦਾ ਵੀ ਕੰਮ ਕਰਾਇਆ, ਅਨਾਊਂਸ ਕਰ ਗਏ ਸਨ ਕਿ ਬਟਾਲੇ ਗੁਰੂ ਨਾਨਕ ਦੇਵ ਜੀ ਦੀ ਸ਼ਾਦੀ 2018 ਦੇ ਪ੍ਰੋਗਰਾਮ ਦੇ ਉੱਤੇ ਬਾਬੇ ਦੇ ਵਿਆਹ ਦੇ ਉੱਤੇ ਇਹ 30 ਲੱਖ ਰੁਪਏ ਦੇਣਗੇ। ਉਹ 30 ਲੱਖ ਬਾਬੇ ਦਾ ਵਿਆਹ ਹੋਇਆ ਵੀ ਮੇਰਾ ਖਿਆਲ 2 ਮਹੀਨੇ ਹੋ ਗਏ ਨੇ ਅਤੇ ਅੱਜ ਤੱਕ ਪੈਸੇ ਤਾਂ ਆਏ ਨਹੀਂ। ਅਤੇ ਉਸ ਦਿਨ ਇੱਕ ਬੜਾ ਵੱਡਾ ਹਾਦਸਾ ਹੋ ਗਿਆ ਕਿ ਇੱਕ ਬੱਚਾ ਜਿਹੜਾ ਵਾ ਉਹ ਸੀਵਰ 'ਚ ਟੱਕਰ ਨਹੀਂ ਸੀ ਲੱਗਾ, ਜਲੰਧਰ ਰੋਡ 'ਚ ਉਹ ਸੀਵਰ 'ਚ ਡਿੱਗ ਪਿਆ, ਉਹਦੀ ਡੈਥ ਹੋ ਗਈ ਔਰ ਇਹਨਾਂ ਦੇ ਹਲਕੇ ਦਾ ਬੱਚਾ। ਬਾਜਵਾ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਕਿ ਤੁਸੀਂ ਉਸ ਬੱਚੇ ਦੇ ਪਰਿਵਾਰ ਨੂੰ 5 ਲੱਖ ਰੁਪਇਆ ਕੰਪਨਸੇਸ਼ਨ ਦੇਣੀ ਚਾਹੀਦੀ, ਦਿੱਤੀ ਜੇ? ਉਸ ਬੱਚੇ ਦੇ ਪਰਿਵਾਰ ਨੂੰ ਇੱਕ ਸਰਕਾਰੀ ਨੌਕਰੀ ਦੇਣੀ ਚਾਹੀਦੀ ਆ, ਉਹ ਦਿੱਤੀ ਜੇ? ਅਤੇ ਜਾਂ ਤੁਸੀਂ ਕੋਈ ਐਸਾ ਕੰਮ ਦੱਸ ਦਿਓ ਜਿਹੜਾ ਕਿ ਜ਼ਿਲ੍ਹੇ 'ਚ ਲਿਆ ਕੇ ਬਹੁਤ ਵੱਡਾ ਤੁਸੀਂ ਮਨਿਸਟਰ ਬਣੇ ਹੋ, ਕੋਈ ਵੱਡੀ ਇੰਡਸਟਰੀ ਲਿਆਉਣ ਦੀ ਜੇ। ਚਲੋ, ਤੁਸੀਂ ਇਹੀ ਗਿਣਾ ਦਿਓ ਕਿ ਹਲਕਾ ਫਤਿਹਗੜ੍ਹ ਚੂੜੀਆਂ ਜਿਹੜੇ ਤੁਸੀਂ ਵੋਟਾਂ ਲੈ ਕੇ ਅੱਜ ਮਨਿਸਟਰ ਬਣੇ ਜੇ, ਉਹਦੇ 10 ਬੰਦਿਆਂ ਦਾ ਨਾਂ ਦਵਾ ਦੱਸ ਦਿਓ ਮੈਨੂੰ, ਜਿਹਨਾਂ ਦਾ, ਜਾਂ 2 ਬੰਦਿਆਂ ਦਾ ਨਾਂ ਦੱਸ ਦਿਓ ਜਿਹਨਾਂ ਨੂੰ ਨੌਕਰੀ ਦਵਾਈ ਜੇ। ਕੈਪਟਨ ਅਮਰਿੰਦਰ ਸਿੰਘ ਜੀ ਨੇ ਅਨਾਊਂਸ ਕੀਤਾ ਸੀਗਾ ਕਿ ਘਰ ਘਰ ਨੌਕਰੀ ਦੇਣੀ ਆ, ਤੁਸੀਂ ਮੰਤਰੀ ਜੇ ਤੁਹਾਡਾ ਫਰਜ਼ ਵਾ ਕਿ ਘਰ ਘਰ ਨੌਕਰੀ ਲੈ ਕੇ ਜਾਓ। ਆਪਣੇ ਹਲਕੇ 'ਚ ਦੱਸੋ ਕਿਹੜੇ 2 ਬੰਦਿਆਂ ਨੂੰ ਨੌਕਰੀ ਦਵਾਈ ਜੇ 2 ਸਾਲਾਂ 'ਚ। ਬਾਕੀ ਮੇਰਾ ਅੱਜ ਦਾ ਜਿਹੜਾ ਸਵਾਲ ਹੈ ਇਹਨਾਂ ਨੂੰ ਇਹੀ ਹੈ, ਕਿਉਂਕਿ ਜਿੰਨੀ ਵਾਰੀ ਬੋਲਣਗੇ ਉਨੀ ਵਾਰੀ ਸਵਾਲ ਪੁੱਛਾਂਗਾ। ਇਹ ਅਰਬਨ ਡਿਵੈਲਪਮੈਂਟ ਮਿਨਿਸਟਰੀ ਦੇ ਇੰਚਾਰਜ ਨੇ, ਕੈਪਟਨ ਸਾਹਿਬ ਨੇ, ਰਾਹੁਲ ਗਾਂਧੀ ਨੇ ਇਹਨਾਂ ਨੂੰ ਸਭ ਤੋਂ ਇੰਪੋਰਟੈਂਟ ਮਹਿਕਮਾ ਦਿੱਤਾ ਕਿ ਪੰਜਾਬ ਦੇ ਸ਼ਹਿਰਾਂ ਦਾ ਵਿਕਾਸ ਕੀਤਾ ਜਾਵੇ, ਸ਼ਹਿਰਾਂ ਦੀ ਸਲੰਸ ਨੂੰ ਦੂਰ ਕਰਨ ਦੇ ਲਈ ਇੱਕ ਬਹੁਤ ਵੱਡੀ ਸਾਰੇ ਹਿੰਦੁਸਤਾਨ 'ਚ ਸਕੀਮ ਚੱਲ ਰਹੀ ਹੈ ਜਿਹਨੂੰ ਕਹਿੰਦੇ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ, ਜਿਹਦੇ 'ਚ ਗਰੀਬ ਪਰਿਵਾਰ ਜਿਹਨਾਂ ਕੋਲ ਘਰ ਹੈ ਨਹੀਂ, ਜਿਹੜੇ ਸਲੰਮ 'ਚ ਰਹਿ ਰਹੇ ਨੇ, ਉਹਨਾਂ ਨੂੰ ਬਹੁਤ ਘੱਟ ਰੇਟ ਦੇ ਉੱਤੇ ਜਿਹੜਾ ਵਾ ਸਬਸਿਡਾਈਜ਼ ਜਿਹੜਾ ਵਾ ਮਕਾਨ ਦਿੱਤਾ ਜਾਂਦਾ ਬਣਾ ਕੇ। ਲੱਖਾਂ ਮਕਾਨ ਜਿਹੜੇ ਆ ਬਾਹਰਲੀਆਂ ਸਟੇਟਾਂ 'ਚ ਬਣ ਰਹੇ ਨੇ, ਲੱਖਾਂ ਮਹਾਰਾਸ਼ਟਰਾ 'ਚ, ਗੁਜਰਾਤ 'ਚ, ਹਾਂਜੀ ਰਾਜਸਥਾਨ 'ਚ, ਯੂਪੀ 'ਚ, ਬਿਹਾਰ 'ਚ, ਹਾਂਜੀ ਸਭ ਜਗ੍ਹਾ ਬਣ ਰਹੇ ਆ। ਇਹ ਮੰਤਰੀ ਸਾਹਿਬ ਤੁਸੀਂ ਦੱਸੋ ਕਿ ਪੰਜਾਬ ਦੇ ਜਿਹੜੇ ਗਰੀਬ ਨੇ ਸ਼ਹਿਰੀ ਜਿਹਨਾਂ ਕੋਲ ਆਪਣੇ ਮਕਾਨ ਨਹੀਂ, ਜਿਹੜੇ ਕਿਰਾਇਆ 'ਤੇ ਵਿਚਾਰੇ ਰਹਿ ਰਹੇ ਨੇ, ਕਈ ਇੱਕ ਕਮਰੇ 'ਚ 10-10 ਜੀ ਸੌ ਰਹੇ ਨੇ, ਉਹਨਾਂ ਨੂੰ ਘਰ ਦੇਣ ਲਈ ਤੁਸੀਂ ਸਰਕਾਰ ਨੇ ਕੋਈ ਪ੍ਰਪੋਜ਼ਲ ਭੇਜੀ ਅੱਜ ਤੱਕ ਦਿੱਲੀ? ਪੈਸੇ ਤਾਂ ਬਾਅਦ 'ਚ ਲਿਆਉਣੇ ਆ, ਲੱਗਣੇ ਬਾਅਦ 'ਚ ਹੈ। ਤੁਸੀਂ ਆਪਣੀ ਪਰਫੋਰਮੈਂਸ ਜਨਤਾ ਨੂੰ ਦੱਸੋ, ਮੈਂ ਤਾਂ ਜਨਤਾ ਹਾਂ, ਤੁਸੀਂ ਰਾਜੇ ਹੋ, ਅਸੀਂ ਪ੍ਰਜਾ, ਮੈਂ ਕੋਈ ਅਹੁਦੇਦਾਰ ਨਹੀਂ ਤੁਹਾਡਾ, ਮੈਂ ਕੋਈ ਤੁਹਾਡਾ ਉਹ ਨਹੀਂ ਹੈਗਾ, ਆਫਿਸ ਬੇਅਰਰ ਨਹੀਂ ਹਾਂ, ਕੋਈ ਮਿਨਿਸਟਰ ਨਹੀਂ ਹੈ, ਕੋਈ MLA ਨਹੀਂ ਹੈ, ਕੋਈ ਕੌਂਸਲਰ ਨਹੀਂ ਹੈ, ਜਨਤਾ ਤਾਂ ਤੁਸੀਂ ਪਬਲਿਕ ਸਰਵੈਂਟ ਹੋ ਔਰ ਅਸੀਂ ਪਬਲਿਕ ਹਾਂ। ਉਹ ਉਹਨਾਂ ਦੀ ਆਪਣੀ ਮਰਜ਼ੀ ਆ, ਸਰਕਾਰ ਬਾਬੇ ਨਾਨਕ ਜੀ ਦੇ ਇੱਥੇ ਇਲਾਜ ਨੇ, ਬਟਾਲੇ ਦੀ ਡਿਵੈਲਪਮੈਂਟ ਹੋਣੀ ਆ, ਬਟਾਲੇ ਦੀ ਡਿਵੈਲਪਮੈਂਟ ਉਹਨਾਂ ਨੇ ਪਾਈ ਦੀ ਨਹੀਂ। ਮੈਂ ਤਾਂ ਪਿੱਛੇ ਹੁਣ ਵੀ ਕਹਿ ਰਿਹਾ ਵੀ ਉਹਨਾਂ ਦਾ ਆਪਣਾ ਮੈਨੀਫੈਸਟੋ ਸੀ ਸੇਖੜੀ ਸਾਹਿਬ ਦਾ,
ਆਪਣਾ ਮੈਨੀਫੈਸਟੋ ਪੜ੍ਹ ਲੈਣ ਫਿਰ ਕੁਛ ਬੋਲਣ। ਮੈਂ ਕਹਿੰਦਾ ਵੀ ਬਹੁਤ ਚੰਗੀ ਗੱਲ ਹੈ, ਉਹਨਾਂ ਨੂੰ ਉੱਥੇ ਬਹਿ ਹੀ ਰਹਿਣਾ ਚਾਹੀਦਾ, ਉਨੀ ਦੇਰ ਉੱਠਣਾ ਨਹੀਂ ਚਾਹੀਦਾ, ਉਨੀ ਦੇਰ ਉੱਠਣਾ ਨਹੀਂ ਚਾਹੀਦਾ। 270 ਕਰੋੜ ਉਹਨਾਂ ਨੂੰ ਦੱਸੋ ਵੀ ਸਰਦਾਰ ਜੀ ਬਾਊ ਜੀ ਤੁਸੀਂ ਮਨਜ਼ੂਰ ਕਿਰਾਇਆ ਪਰ ਲਿਆਉਂਦਾ ਕੋਈ ਨਹੀਂ ਆਊਗਾ। 270 ਕਰੋੜ ਲੱਗਿਆ ਜਿਹੜਾ ਲੱਗਣਾ ਵਾ, STP ਜਿਹੜਾ ਲੱਗਣਾ, ਉਹਦੀ ਜ਼ਮੀਨ ਦਾ ਸਿਸਟਮ ਕਲੀਅਰ ਹੋ ਰਿਹਾ ਵਾ, ਉਹ ਵੀ ਲੱਗੇਗਾ। ਸਿਖੜੀ ਸਾਹਿਬ ਨੂੰ ਧਰਨੇ ਮੁਬਾਰਕ। ਇਸ ਦੇ ਨਾਲ ਹੀ ਬੁਲੇਟਿਨ 'ਚ ਫਿਲਹਾਲ ਵੇਲਾ ਹੋ ਚੁੱਕਿਆ, ਇੱਕ ਛੋਟੀ ਜਿਹੀ ਬ੍ਰੇਕ ਲੈਂਦਾ, ਬ੍ਰੇਕ ਤੋਂ ਬਾਅਦ ਛੇਤੀ ਲੌਟਦੇ ਹਾਂ, ਤੁਸੀਂ ਬਣੇ ਰਹੋ ਸਾਡੇ ਨਾਲ।